ਖਬਰ ਨਾਭਾ ਤੋਂ ਹੈ ਜਿੱਥੇ ਦਿਨ ਦਿਹਾੜੇ ਡਕੈਤੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ SBI ਬੈਂਕ ਦੇ ਗਨਮੈਨ ਨੂੰ ਗੋਲੀ ਮਾਰ ਕੇ 50 ਲੱਖ ਰੁਪਏ ਦੀ ਡਕੈਤੀ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਅਪਰਾਧੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਹੈ। ਕਰੀਬ 11:15 ਵਜੇ ਸਟੇਟ ਬੈਂਕ ਆਫ ਇੰਡੀਆ ਨਾਭਾ ਬ੍ਰਾਂਚ ਦੇ ਵਿੱਚ ਇੱਕ ਉਹਦੇ ਵਿੱਚ ਬੈਂਕ ਮੈਨੇਜਰ ਅਤੇ ਇੱਕ ਉਹਨਾਂ ਦੇ ਨਾਲ ਸਕਿਉਰਿਟੀ ਗਾਰਡ ਉਹ ਸੀ ਅਤੇ 2 ਮੋਟਰਸਾਈਕਲ 'ਤੇ ਅਨਨੋਨ ਬੰਦੇ ਆਏ ਹੈ। ਉਹਨਾਂ ਨੇ ਇੱਕ ਉਹਦੇ ਗਾਰਡ ਦੇ ਉੱਤੇ ਫਾਇਰ ਕਰਕੇ ਜਿਹੜਾ ਪੈਸਿਆਂ ਵਾਲਾ ਬੈਗ ਹੈ ਉਹ ਲੈ ਕੇ ਦੌੜ ਗਏ ਹੈ ਅਤੇ ਉਹਦੇ ਵਿੱਚ ਉਹਨੂੰ ਅੱਗੇ ਜਿਹੜਾ ਪਤਾ ਲੱਗ ਗਾਰਡ 'ਤੇ ਗੋਲੀ ਲੱਗੀ ਹੈ। ਉਹਦੀ ਰਾਈਫਲ ਵੀ ਉਹ ਅੱਗੇ ਲੈ ਗਈ, ਉਹਦੇ ਵਿੱਚੋਂ ਉਹਦਾ ਬੱਟ ਡਿੱਗ ਪਿਆ ਰਾਈਫਲ ਦਾ। ਅਤੇ ਅਸੀਂ ਇਹਦੇ ਵਿੱਚ ਉਹਨੂੰ ਮੌਕੇ 'ਤੇ ਸਾਰੇ ਅਫਸਰ ਪਹੁੰਚ ਗਏ ਹਾਂ, ਅਸੀਂ ਇਹਨੂੰ ਤਫਤੀਸ਼ ਕਰਾਂਗੇ।